ਸੰਤੁਲਿਤ ਗੁੜੀਆ ਕੀ ਤੁਸੀਂ ਇੱਕ ਸੁੰਦਰ ਬੈਲਰੀਨਾ ਨੂੰ ਕੱਸੀ ਹੋਈ ਰੱਸੀ ਤੇ ਚਲਾਉਣਾ ਚਾਹੁੰਦੇ ਹੋ ਇਹ ਬਹੁਤ ਆਸਾਨ ਹੈ ਦੋ ਚੱਕਰ ਬੁਲਾਰਿਆਂ ਨੂੰ ਲੱਕੜ ਦੇ ਟੁਕੜੇ ਨਾਲ ਜੋੜੋ ਇੱਕ ਮੋਟੇ ਗੱਤੇ ਤੋਂ ਗੁੜੀਆ ਕੱਟੋ ਉਸ ਦੇ ਪੈਰ ਵੀ ਆਕਾਰ ਵਿੱਚ ਕੱਟੋ ਹੁਣ ਇੱਕ ਗੱਤੇ ਦਾ ਅਰਧ ਗੋਲਾ ਕੱਟੋ ਉਸ ਗੁੜੀਆ ਨੂੰ ਇਸ ਗੋਲੇ ਦੇ ਵਿਚਕਾਰ ਜੋੜ ਦਿਓ ਗੁੜੀਆ ਦੀਆਂ ਦੋਵਾਂ ਲੱਤਾਂ ਨੂੰ ਆਪਸ ਤੋਂ ਥੋੜ੍ਹਾ ਜਿਹਾ ਦੂਰ ਕਰ ਦਿਓ ਹੁਣ ਅਰਧ ਗੋਲੇ ਦੇ ਅੰਤ 'ਤੇ ਦੋਵੇਂ ਚੁੰਬਕ ਅੱਗੇ ਪਿੱਛੇ ਲਾ ਦਿਓ ਤੁਸੀਂ ਵੇਖੋਗੇ ਉੱਤਰ ਦਿਸ਼ਾ ਦੱਖਣ ਦਿਸ਼ਾ ਨਾਲ ਚਮੜ ਗਿਆ ਹੈ ਚੁੰਬਕਾਂ ਨੂੰ ਹਿਲਾ ਕੇ ਤੁਸੀਂ ਗੁੜੀਆ ਦਾ ਸੰਤੁਲਨ ਵੀ ਹਿਲਾ ਸਕਦੇ ਹੋ ਹੁਣ ਇਸ ਗੁੜੀਆ ਨੂੰ ਖਿੱਚੀ ਹੋਈ ਰੱਸੀ 'ਤੇ ਰੱਖ ਦਿਓ ਤੁਸੀਂ ਹੈਰਾਨ ਹੋਵੋਗੇ ਇਹ ਗੁੜੀਆ ਆਪਣਾ ਸੰਤੁਲਨ ਬਣਾ ਲਵੇਗੀ ਜਦੋਂ ਤੁਸੀਂ ਇਸ ਗੁੜੀਆ ਨੂੰ ਹਿਲਾਓਗੇ ਤਾਂ ਇਹ ਗੁੜੀਆ ਬਹੁਤ ਸੋਹਣਾ ਨੱਚੇਗੀ ਤੁਸੀਂ ਅਜਿਹੀ ਹੀ ਸਾਈਕਲ ਦੇ ਚੱਕਰਾਂ 'ਤੇ ਵੀ ਗੁੜੀਆ ਦਾ ਸੰਤੁਲਨ ਵਿਖਾ ਸਕਦੇ ਹੋ